ਹਾਈਲਾਈਟ ਹੋਣ ਤੋਂ ਬਾਅਦ ਵੀ ਸਰਕਾਰ ਦੇ ਹਜੇ ਤੱਕ ਕੋਈ ਨੀ ਗਾ ਜੀ ਦੇਖੋ ਮੇਰੇ ਬਿਆਨਾਂ ਦਾ ਪਰਚਾ ਨੀ ਹੋਇਆ ਜੀ ਜਿਹੜੀ ਮੈਂ ਉਦੋਂ ਮੈਨੂੰ ਐਵੇਂ ਬੈਠੇ ਨੀ ਲਿਖ ਦਿੰਦੇ ਜਿੱਦਾਂ ਵੀ ਚਲੋ ਉਹ ਮੇਰਾ ਉਹ ਸਾਈਨ ਕਰਵਾ ਕੇ ਲੈ ਕੇ ਨਾ ਕੋਈ ਨਾਮ ਮੈਨੂੰ ਪਤਾ ਨੀ ਅਰਪਿਤ ਸਤਿ ਸ਼੍ਰੀ ਅਕਾਲ ਯਾਰ ਤੁਹਾਨੂੰ ਇੱਕ ਇੰਸਟੈਂਟ ਪਤਾ ਹੋਣਾ ਜਿਹੜਾ ਪਿੱਛੋਂ ਅੰਮ੍ਰਿਤਸਰ ਵਿੱਚ ਹੋਇਆ ਕਿ NRI ਦਾ ਵਿਆਹ ਸੀ ਉਹਦੇ ਵਿਆਹ ਦੇ ਵਿੱਚ ਲੋਕਾਂ ਨੇ ਆ ਕੇ ਉੱਥੇ ਗੋਲੀਆਂ ਚਲਾਈਆਂ ਤੇ ਕੀ ਹੋਇਆ ਇਹਨਾਂ ਨੂੰ ਹਲੇ ਕੇਸ ਰਜਿਸਟਰ ਨਹੀਂ ਹੋਇਆ ਕਹਿੰਦੀ ਮਾਜਾ ਨਹੀਂ ਨਹੀਂ ਕੇਸ ਰਜਿਸਟਰ ਨਹੀਂ ਹੋਇਆ ਇਹਨਾਂ ਜਿਹਨਾਂ ਦਾ ਵਿਆਹ ਸੀ ਉਹਨਾਂ ਦੇ ਕਰਤਾ ਕੇਸ ਹੁਣ ਮੈਂ ਹੈਰਾਨ ਆਇਆ ਯਾਰ NRI ਸੀਗੇ ਸਾਰੀ ਫੈਮਿਲੀਜ਼ ਆਈਆਂ ਤੇ ਜਿਹਨਾਂ ਸਾਰੇ ਉਹਨਾਂ ਨੇ ਕੇਸ ਰਜਿਸਟਰ ਕਰਤਾ ਮੈਂ ਉਹਨਾਂ ਦੇ ਘਰੇ ਬੈਠਾ ਯਾਰ ਵਟ ਇਮੇਜ ਯੂ ਵਿਲ ਸੈਂਡ ਆਫ ਆਰ ਸਟੇਟ ਯਾਰ ਐਡੀ ਮਾੜੀ ਇਮੇਜ ਆਊਗੀ ਕਿ ਪੁਲਿਸ ਦਾ ਇੰਨਾ ਹਾਲ ਹੈ ਵਿਆਹ ਉਹਨਾਂ ਵਿਚਾਰਿਆਂ ਦਾ ਉਹਨਾਂ ਦੇ ਗੋਲੀਆਂ ਆਪਣਾ 100 ਗੋਲੀਆਂ ਚਲਾਈਆਂ ਧੱਕੇ ਕੀਤੇ ਤੇ ਉਹਦੇ ਬਾਅਦ ਕਮਿਸ਼ਨਰ ਨੇ ਰਜਿਸਟਰ ਕੇਸ ਅਗੇਂਸ ਦੇਮ ਕੋਈ ਨੀ ਦਿੱਤਾ ਜੀ ਕੋਈ ਨੀ ਦਿੱਤਾ ਇਹਨਾਂ ਦੇ ਵਿਚਾਰਿਆਂ ਦੇ ਵੀ ਦੇਤਾ ਕ੍ਰੋਸ ਦੇਤਾ ਪਹੁੰਚਿਆ ਹਾਂ ਜਸਟ ਇਨਸ਼ੋਰ ਐਂਡ ਉਹ ਜਿਹੜਾ ਇਹਨਾਂ ਦਾ ਕਰਾਓ ਯਾਰ ਥੈਂਕ ਯੂ ਵਿਆਹ ਕਰਨ ਵਾਸਤੇ ਆਏ ਆਪਣੀ ਫੈਮਿਲੀ ਪੂਰੀ ਫੈਮਿਲੀ NRI ਇੱਥੇ ਆਏ ਤੇ ਇਹਨਾਂ ਨੂੰ ਅਟੈਕ ਕਰ ਗਏ ਤੇ ਉਹਦੇ ਬਾਅਦ ਜਦੋਂ ਇਹਨਾਂ ਨੇ ਕੰਪਲੇਂਟ ਕੀਤੀ ਪੁਲਿਸ ਨੇ ਇਹਨਾਂ ਦੀ ਕੰਪਲੇਂਟ ਲੈਣ ਦੀ ਬਜਾਏ ਇਹਨਾਂ ਦੇ ਕੇਸ ਕਰ ਦਿੱਤਾ ਇਹਦਾ ਮਤਲਬ ਉਹ ਪੈਟਨਾਈਜ਼ ਹੋ ਰਹੇ ਸੀ ਜਿਹੜਾ ਗੈਂਗਸਟਰ ਸੀ ਸਾਰੇ ਪੁਲਿਸ ਦੇ ਪੈਟਨਾਈਜ਼ ਕਰਦੇ ਕੀਤੇ ਸੀ ਇਹ ਮੈਨੂੰ ਜਦੋਂ ਪਤਾ ਲੱਗਿਆ ਮੈਨੂੰ ਬੜਾ ਦੁੱਖ ਲੱਗਿਆ ਕਿ ਆਪਣੇ ਪੰਜਾਬ ਸੂਬੇ ਦੀ ਐਡੀ ਰੈਪੂਟੇਸ਼ਨ ਖਰਾਬ ਜਾਊਗੀ ਮੈਂ ਕਿਹਾ ਇਹਨਾਂ ਨੂੰ ਅਪੋਲੋਜਾਈਜ਼ ਕਰਨ ਵਾਸਤੇ ਮੈਂ ਇਹਨਾਂ ਦੇ ਘਰੇ ਆਇਆ ਕਿ ਸਾਡੇ ਸੂਬੇ 'ਚ ਆ ਹੋਇਆ ਮੈਂ ਹੁਣ ਪੁਲਿਸ ਕਮਿਸ਼ਨਰ ਨਾਲ ਵੀ ਅਤੇ ਲਾਅ ਐਂਡ ਆਰਡਰ ਜਿਹੜਾ ਹੈੱਡ ਹੈ ਪੰਜਾਬ ਪੁਲਿਸ ਦਾ ਉਹਨਾਂ ਨਾਲ ਗੱਲ ਕੀਤੀ ਹੈ ਮੈਂ ਕਿਹਾ ਜੀ ਆਹ ਇੱਜ਼ਤ ਸੂਬੇ ਦੀ ਇੱਜ਼ਤ ਦਾ ਸਵਾਲ ਹੈ ਆਹ ਆਪਣੇ ਮਹਿਮਾਨ ਹੈ ਆਪਣੇ ਮਹਿਮਾਨ ਪੰਜਾਬ 'ਚੋਂ ਬਾਹਰੋਂ ਆਏ ਹੈ ਇਹਨਾਂ ਦੇ ਬੱਚੇ ਜਿਹੜੇ ਪਹਿਲੀ ਵਾਰ ਜ਼ਿੰਦਗੀ 'ਚ ਇੰਡੀਆ ਆ ਰਹੇ ਆ ਪੰਜਾਬ ਆ ਰਹੇ ਹੈ ਕੀ ਇੰਪਰੈਸ਼ਨ ਲੈ ਕੇ ਜਾਣਗੇ ਅੱਗੇ ਤੋਂ ਕੀ ਗੱਲ ਕਹਿਣਗੇ ਆਪਣੇ ਸੂਬੇ ਬਾਰੇ ਸੋ ਐਜ਼ ਔਨ ਦ ਰੈਪੂਟੇਸ਼ਨ ਆਫ ਟੂ ਸੇਵ ਦ ਰੈਪੂਟੇਸ਼ਨ ਆਫ ਪੀਪਲ ਆਫ ਆਰ ਸਟੇਟ ਆਈ ਪਰਸਨਲੀ ਕਮ ਐਂਡ ਅਪੋਲੋਜਾਈਜ਼ ਟੂ ਦੈਮ ਤੇ ਮੈਂ ਪੁਲਿਸ ਕਮਿਸ਼ਨਰ ਤੇ DGP ਸਾਹਿਬ ਨੂੰ ਵੀ ਮੈਂ ਬੇਨਤੀ ਕਰਾਂਗਾ DGP ਸਾਹਿਬ ਇਟ ਇਜ਼ ਅ ਮੈਟਰ ਆਫ ਪ੍ਰਾਈਡ ਐਂਡ ਮੈਟਰ ਆਫ ਕੀਪਿੰਗ ਦ ਪ੍ਰਾਈਡ ਆਫ ਦ ਸਟੇਟ ਹਾਈ ਪਲੀਜ਼ ਟੇਕ ਐਕਸ਼ਨ ਇਮੀਡੀਏਟਲੀ ਅਦਰਵਾਈਜ਼ ਆਰ ਹੋਲ ਪਾਰਟੀ ਐਂਡ ਵੀ ਵਿਲ ਗੈਟ ਆਲ ਸਿਟੀਜ਼ਨ ਟੁਗੈਦਰ ਐਂਡ ਵੀ ਵਿਲ ਫਾਈਟ ਦੈਮ ਐਂਡ ਜਿਹੜਾ ਸਭ ਤੋਂ ਮਾੜੀ ਗੱਲ ਹੈ ਕਿ ਇਹਨਾਂ ਦੇ ਪਰਚਾ ਦੇ ਦਿੱਤਾ ਤੁਸੀਂ ਵਿਆਹ ਮੇਰੇ ਘਰੇ ਫੰਕਸ਼ਨ ਹੈ ਮੇਰੇ ਘਰੇ ਫੰਕਸ਼ਨ ਤੇ ਕੋਈ ਅਟੈਕ ਕਰ ਦਿੰਦਾ ਤੇ ਮੇਰੇ ਘਰ ਦੇ ਬੰਦਿਆਂ ਦੇ ਕੋਈ ਤੁਸੀਂ ਪਰਚਾ ਦੇ ਦੋਗੇ ਆ ਕਿੱਥੋਂ ਦਾ ਇਨਸਾਫ ਹੈ ਆ ਸਾਰਾ ਇਲੀਗਲ ਐਕਟ ਕੀਤਾ ਗਿਆ ਪੁਲਿਸ ਨੇ ਧੱਕਾ ਕੀਤਾ ਹੈ ਐਂਡ ਸ਼੍ਰੋਮਣੀ ਅਕਾਲੀ ਦਲ ਵਿਲ ਨੈਵਰ ਐਕਸੈਪਟ ਦਿਸ ਮੈਂ ਆਪਣੇ ਪਾਰਟੀ ਯੂਨੀਅਨ ਨੂੰ ਵੀ ਕਿਹਾ ਤੇ ਆਲ ਟਿਕਟ ਅਪ ਐਟ ਆਲ ਲੈਵਲਸ ਪਰ ਸਰ ਜਿਸ ਤਰੀਕੇ ਨਾਲ ਸ਼ਰਾਬ ਦੀ ਗੁੰਡਾਗਰਦੀ ਇੱਕ ਤਰ੍ਹਾਂ ਦੀ ਸਾਹਮਣੇ ਮਾਫੀਆ ਗੁੰਡਾਗਰਦੀ ਦੀ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕੋਈ ਕਾਨੂੰਨ ਨਹੀਂ ਜਿੱਥੇ ਤੁਸੀਂ ਕਹਿ ਸਕਦੇ ਹੋ ਕਿ ਇਕੱਲੇ ਐਸ ਠੇਕੇ ਤੋਂ ਤੁਸੀਂ ਲੈਣਾ ਪੰਜਾਬ ਵਿੱਚ ਕਿਤੋਂ ਮਰਜ਼ੀ ਤੁਸੀਂ ਖਰੀਦ ਸਕਦੇ ਹੋ ਸ਼ਰਾਬ ਐਸ ਪਰ ਐਕਟ ਐਸ ਪਰ ਲਾਅ ਤੇ ਫਿਰ ਕਿਵੇਂ ਤੁਸੀਂ ਆ ਕੇ ਗੁੰਡਾਗਰਦੀ ਕਰ ਸਕਦੇ ਸਾਡੇ ਠੇਕੇ ਤੋਂ ਖਰੀਦੀ ਹੈ ਸਾਡੇ ਤੋਂ ਨਹੀਂ ਕੀਤੀ ਹੈ ਆ ਸਾਰੀ ਗੁੰਡਾਗਰਦੀ ਅਫਸਰ ਐਕਸਾਈਜ਼ ਅਫਸਰਾਂ ਨਾਲ ਮਿਲ ਕੇ ਪੁਲਿਸ ਨਾਲ ਮਿਲ ਕੇ ਹੋ ਰਹੀ ਹੈ ਪੰਜਾਬ ਸਰਕਾਰ ਦੇ ਸਵਾਲ ਵੀ ਵੱਡੇ ਹੁੰਦੇ ਨੇ ਕਿ ਸਰਕਾਰ ਕਹਿੰਦੀ ਹੈ ਕਿ ਅਸੀਂ ਸਫਾਇਆ ਕਰਦੇ ਪਏ ਹਾਂ ਜਿਹਨਾਂ ਹੱਥ ਦੇ ਵਿੱਚ ਟੀਕੇ ਸੀਗੇ ਗੋਲੀਆਂ ਸੀਗੀਆਂ ਅਸੀਂ ਟਿਫਨ ਫੜਾਉਂਦੇ ਪਏ ਹਾਂ ਇਸ ਤੇ ਕੀ ਮੈਂ ਇੰਟੈਂਸ਼ਨ ਕੋਈ ਪੋਲੀਟਿਕਸ ਖੇਡਣ ਦਾ ਨਹੀਂ ਹੈ ਕੋਈ ਇੰਟੈਂਸ਼ਨ ਨਹੀਂ ਹੈ ਨਾ ਇਸ਼ੂ ਪੋਲੀਟਿਸਾਈਜ਼ ਕਰਨ ਦਾ ਕਿਉਂਕਿ ਆ ਐਜ਼ ਹਿਊਮਨ ਆਈ ਫੈਲਟ ਬੈਡ ਕਿ ਸਾਡੇ ਸਟੇਟ ਚ ਕੋਈ NRI ਆਏ ਉਹਨਾਂ ਨਾਲ ਹੋਇਆ ਇਸ ਰੀਜ਼ਨ ਕਰਕੇ ਮੈਂ ਚਾਹੁੰਦਾ ਨਹੀਂ ਕਿ ਇਹਨੂੰ ਪੋਲੀਟਿਕਸ ਦੇ ਤਰਫ ਲਿਆ ਜਾਏ
क्योंकि हले साडे कोल बहुत इशूज ऑफ पॉलिटिक्स वर पर एज इशू च नहीं यू शोर एनी हेल्प टू दिस फैमिली मैं श्योर की मैं कहता मैं अपने यूनियन नु कहता क्योंकि आ बाहरों है इन्हां सारे रूल्स एंड रेगुलेशन ना पता होन ते मैंने अपने सारे यूनियन नु कहा जिथे भी जाना पै यू गो विद दैम सपोर्ट दैम एंड जिथे मेरी लोड होए मैनू दस्सो मैं भी इन्हां पूरी मदद